ਸੈਰ ਸਪਾਟਾ ਉਦਯੋਗ ਦਾ ਮੰਨਣਾ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਯਾਤਰਾ ਕਰਨ ਵਾਲੇ ਲੋਕਾਂ ਲਈ ਪਾਸਪੋਰਟ ਬੰਦ ਕੀਤਾ ਜਾਵੇ। ਆਸਟ੍ਰੇਲੀਆ ਦੇ ਟੂਰਿਜ਼ਮ ਐਂਡ ਟਰਾਂਸਪੋਰਟ ਫੋਰਮ ਦੇ ਮੁੱਖ ਕਾਰਜਕਾਰੀ ਮਾਰਗੀ ਔਸਮਨ ਨੇ ਕਿਹਾ ਹੈ ਕਿ ਤਸਮਾਨ ਦੇ ਦੋਵੇਂ ਪਾਸੇ ਹਵਾਈ ਅੱਡਿਆਂ ਤੇ ਓਬਾਮਾ ਨੂੰ ਅਪਗ੍ਰੇਡ ਕਰਨ ਦਾ ਸਮਾਂ ਆ ਗਿਆ ਹੈ, ਮਤਲਬ ਕਿ ਲੋਕ ਬਿਨਾਂ ਪਾਸਪੋਰਟ ਦੇ ਦਾਖਲ ਹੋ ਸਕਦੇ ਹਨ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਟਰਾਂਸ ਤਸਮਾਨ ਬਾਰਡਰ ਨੂੰ ਇੱਕ ਟੈਸਟ ਕੇਸ ਵਜੋਂ ਵਰਤਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਯਾਤਰੀਆਂ ਦੀ ਪ੍ਰਕਿਰਿਆ ਲਈ ਵਧੇਰੇ ਕੁਸ਼ਲ ਐਂਟਰੀ ਅਤੇ ਸਕਰੀਨਿੰਗ ਟੈਕਨੋਲੋਜੀ ਦੀ ਅਜਮਾਇਸ਼ ਕਰ ਸਕੀਏ। ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਨਾਲ ਮੁਲਾਕਾਤ ਕਰਨ ਲਈ ਹਫ਼ਤੇ ਦੇ ਅੰਤ ਵਿੱਚ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ। ਯਾਤਰਾ ਦੀ ਘੋਸ਼ਣਾ ਕਰਦੇ ਸਮੇਂ ਪ੍ਰਧਾਨ ਮੰਤਰੀ ਹਿਪਕਿੰਸ ਨੇ ਕਿਹਾ, ਮੇਰਾ ਮੰਨਣਾ ਹੈ ਕਿ ਟਰਾਂਸ ਤਸਮਾਨ ਸੰਬੰਧ ਦਹਾਕਿਆਂ ਵਿੱਚ ਸਭ ਤੋਂ ਮਜ਼ਬੂਤ ਹਨ। ਆਸਟ੍ਰੇਲੀਆ ਅਤੇ ਪ੍ਰਧਾਨ ਮੰਤਰੀ ਅਲਬਨੀਜ਼ ਦੋਵਾਂ ਵਿੱਚ ਨਿਊਜ਼ੀਲੈਂਡ ਦਾ ਇੱਕ ਨਜ਼ਦੀਕੀ ਦੋਸਤ ਅਤੇ ਸਹਿਯੋਗੀ ਹੈ, ਇਸ ਲਈ ਮੈਂ ਮੀਲ ਪੱਥਰ ਦੀ ਵਰ੍ਹੇਗੰਢ ਦੇ ਇਸ ਸਾਲ ਦੌਰਾਨ ਇੱਥੇ ਉਹਨਾਂ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ। ਪ੍ਰਧਾਨ ਮੰਤਰੀ ਅਲਬਨੀਜ਼ ਦੀ ਫੇਰੀ ਸਾਡੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ, ਇਸ ਸਾਲ ਕੀਤੀ ਤਰੱਕੀ ਦਾ ਜਸ਼ਨ ਮਨਾਉਣ ਅਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅੱਗੇ ਕਿੱਥੇ ਜਾਣਾ ਚਾਹੁੰਦੇ ਹਨ ਇਸ ਲਈ ਐਂਬੀਸ਼ਨ ਸੈੱਟ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। TTF ਸਾਲ ਦੇ ਅੰਤ ਤੱਕ ਇੱਕ ਸਹਿਜ ਸਰਹੱਦ ਨੂੰ ਟ੍ਰਾਇਲ ਕਰਨਾ ਚਾਹੁੰਦਾ ਹੈ। ਉਸਮਨ ਨੇ ਕਿਹਾ ਕਿ ਆਸਟ੍ਰੇਲੀਆ ਸਮਾਰਟ ਗੇਟ ਅਤੇ ਈ ਪਾਸਪੋਰਟ ਪੇਸ਼ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਪਰ ਹੁਣ ਪ੍ਰੋਗਰੈਸ ਰੁਕ ਗਈ ਹੈ। ਸੰਗਠਨ ਦਾ ਮੰਨਣਾ ਹੈ ਕਿ ਪਾਸਪੋਰਟ ਯਾਤਰਾ ਦਸਤਾਵੇਜ਼ ਜਾਂ ਬੋਰਡਿੰਗ ਪਾਸ ਬਣਾਉਣ ਵਾਲੇ ਲੋਕਾਂ ਨੂੰ ਰੋਕਣ ਲਈ ਸਰਹੱਦ ਤੇ ਰਸਮੀ ਕਾਰਵਾਈਆਂ ਨੂੰ ਸਿਰਫ ਚਿਹਰੇ ਦੀ ਪਛਾਣ ਟੈਕਨੋਲੋਜੀ ਤੱਕ ਘਟਾਇਆ ਜਾ ਸਕਦਾ ਹੈ। ਸੋ ਅਗਲੇ ਸਾਲ ਨਿਊਜ਼ੀਲੈਂਡ ਵਾਸੀ ਬਿਨਾਂ ਪਾਸਪੋਰਟ ਦੇ ਆਸਟ੍ਰੇਲੀਆ ਦੀ ਯਾਤਰਾ ਕਰ ਸਕਣਗੇ। ਬਿਊਰੋ ਰਿਪੋਰਟ, NZ, ਪੰਜਾਬੀ ਨਿਊਜ਼।